ਸਾਡੀ ਹਰ ਲੇਟੈਸਟ ਵੀਡੀਓ ਬਾਰੇ ਨੋਟੀਫਿਕੇਸ਼ਨ ਲਈ ਪ੍ਰੈਸ ਕਰੋ ਬੈਲ ਆਈਕਨ ਅਤੇ ਸਬਸਕ੍ਰਾਈਬ ਕਰੋ ਦਾ ਫਿਲਮਸ ਨੂੰ। ਪੰਜਾਬੀ ਫਿਲਮਾਂ ਦੇ ਵਿੱਚ ਅੱਜ ਕੱਲ ਕਾਫੀ ਐਕਸਪੈਰੀਮੈਂਟਸ ਹੋ ਰਹੇ ਨੇ, ਨਵੇਂ ਨਵੇਂ ਸਬਜੈਕਟਸ ਤੇ ਫਿਲਮਾਂ ਆ ਰਹੀਆਂ ਨੇ। ਖਿੱਦੋ ਖੁੰਡੀ ਇਸ ਨਵੀਂ ਰੀਤ ਦਾ ਉਦਾਹਰਣ ਹੈ ਤੇ ਹੁਣ ਇਸ ਫਿਲਮ ਦਾ ਟ੍ਰੇਲਰ ਹਾਇਰ ਐਂਟਰਟੇਨਮੈਂਟ ਬੈਨਰ ਦੇ ਅੰਡਰ ਰਿਲੀਜ਼ ਹੋਇਆ। ਟ੍ਰੇਲਰ ਦੀ ਸ਼ੁਰੂਆਤ ਸੰਸਾਰਪੁਰ ਪਿੰਡ ਦੀ ਵਾਹਵਾਈ ਤੋਂ ਹੁੰਦੀ ਹੈ, ਜੋ ਕਿ ਜਲੰਧਰ ਦਾ ਇੱਕ ਛੋਟਾ ਜਿਹਾ ਪਿੰਡ ਹੈ। ਲੇਕਿਨ ਇਸ ਪਿੰਡ ਨੇ ਪੰਜਾਬ ਨੂੰ ਖਿੱਦੋ ਖੁੰਡੀ ਯਾਨੀ ਕਿ ਹਾਕੀ ਦਿੱਤੀ ਤੇ 20ਵੀਂ ਸ਼ਤਾਬਦੀ ਵਿੱਚ ਦੁਨੀਆ 'ਚ ਭਾਰਤ ਦਾ ਨਾਮ ਉੱਚਾ ਰੱਖਿਆ। ਰੋਹਿਤ ਜੁਗਰਾਜ ਦੀ ਡਾਇਰੈਕਟਿਡ ਤੇ ਰਿਟਨ ਫਿਲਮ ਖਿੱਦੋ ਖੁੰਡੀ ਟਰੂ ਇਵੈਂਟਸ ਤੇ ਬੇਸਡ ਹੈ, ਪਰ ਟ੍ਰੇਲਰ ਵਿੱਚ 2018 ਦਾ ਇੱਕ ਹਾਕੀ ਚੈਲੰਜ ਦਿਖਾਇਆ ਗਿਆ ਤੇ ਫਿਲਮ ਦਾ ਸ਼ੂਟ 2017 ਵਿੱਚ ਖਤਮ ਹੋ ਚੁੱਕਿਆ। ਫਿਰ ਇਹ ਕਿਹੜੇ ਟਰੂ ਇਵੈਂਟਸ ਨੇ ਜਿਨ੍ਹਾਂ ਦੀ ਗੱਲ ਕਰ ਰਹੇ ਨੇ? 2018 ਇੰਗਲੈਂਡ ਦੇ ਕੋਚ ਕਲਿੰਟਨ ਨੇ ਫਿਰ ਆਪਣੇ ਗੋਰੇ ਪਲੇਅਰਸ ਨੂੰ ਸਿਲੈਕਟ ਕੀਤਾ। ਉਹ ਕਹਿੰਦਾ ਸੀ, ਇੰਡੀਅਨਸ ਹਾਕੀ ਨਹੀਂ ਖੇਡ ਸਕਦੇ। ਆਲ ਆਫ ਯੋਰ ਵਿਕਟਰੀਜ਼ ਵਿਲ ਬਿਕਮ ਜਸਟ ਅ ਡਿਸਟੈਂਟ ਮੈਮਰੀ। ਟ੍ਰੇਲਰ ਵਿੱਚ ਸੰਸਾਰਪੁਰ ਤੇ ਖਿੱਦੋ ਖੁੰਡੀ ਦੀ ਗੱਲ ਕਰਦੇ ਕਰਦੇ ਅਚਾਨਕ ਕਲਿੰਟਨ ਜੀ ਆ ਜਾਂਦੇ ਨੇ, ਜੋ ਕਿ ਇੰਗਲੈਂਡ ਦੀ ਹਾਕੀ ਟੀਮ ਦੇ ਕੋਚ ਨੇ। ਪਰ ਕਿਹੜੀ ਹਾਕੀ ਟੀਮ? ਇੰਗਲੈਂਡ ਦੀ ਨੈਸ਼ਨਲ ਹਾਕੀ ਟੀਮ ਜਾਂ ਫਿਰ ਕਿਸੇ ਲੋਕਲ ਕਲੱਬ ਦੀ? ਜੇ ਉਹ ਇੰਗਲੈਂਡ ਨੈਸ਼ਨਲ ਹਾਕੀ ਟੀਮ ਦੇ ਕੋਚ ਨੇ ਤਾਂ ਉਹਨਾਂ ਨੂੰ ਇੰਡੀਅਨ ਹਾਕੀ ਟੀਮ ਨਾਲ ਗੱਲ ਕਰਨੀ ਚਾਹੀਦੀ ਸੀ, ਨਾ ਕਿ ਉਧਰ ਦੇ ਲੋਕਲਸ ਨਾਲ। ਤੇ ਜੇ ਉਹ ਕੋਈ ਲੋਕਲ ਹਾਕੀ ਟੀਮ ਦੇ ਕੋਚ ਨੇ ਤਾਂ ਉਹ ਹੈਗੇ ਕੌਣ ਹੈ ਕਿ ਇੰਡੀਆ ਬਾਰੇ ਇਹ ਗੱਲ ਕਹਿ ਸਕਣ? ਇੱਥੇ ਇਹ ਟ੍ਰੇਲਰ ਕੁਝ ਕਨਫਿਊਜ਼ ਜਿਹਾ ਕਰ ਰਿਹਾ। ਟ੍ਰੇਲਰ ਵਿੱਚ ਅੱਗੇ ਵਧਦਿਆਂ ਇੱਕ ਬੰਦਾ ਸਾਹਮਣੇ ਆਉਂਦਾ ਹੈ ਜੋ ਹਾਕੀ ਖੇਡਣਾ ਚਾਹੁੰਦਾ ਹੈ ਤੇ ਉਹਦਾ ਕਿਰਦਾਰ ਨਿਭਾਇਆ ਰਣਜੀਤ ਬਾਵਾ ਨੇ। ਅਸੀਂ ਸਾਰੀ ਦੁਨੀਆ ਜਿੱਤ ਨੂੰ ਫਿਰਦੇ ਹਾਂ ਤੇ ਸਾਨੂੰ ਸਾਡੇ ਆਪਣੇ ਖੇਡਣ ਨਹੀਂ ਦਿੰਦੇ। ਪਰ ਉਹ ਇਸ ਗੱਲ ਤੋਂ ਨਿਰਾਸ਼ ਹੁੰਦਾ ਹੈ ਕਿ ਉਹਨੂੰ ਉਹਦੇ ਆਪਣੇ ਖੇਡਣ ਨਹੀਂ ਦਿੰਦੇ। ਫਿਰ ਅਚਾਨਕ ਉਹਦੇ ਆਪਣੇ ਹੀ ਉਹਦਾ ਸਾਥ ਦੇਣ ਲੱਗ ਪੈਂਦੇ ਨੇ। ਕੀ ਕਰਨਾ ਚਾਹੁੰਦਾ ਹੈ? ਤੇਰੇ ਸੁਪਨੇ ਪੂਰੇ ਨਹੀਂ ਹੋਏ। ਉਸ ਤੋਂ ਬਾਅਦ ਟ੍ਰੇਲਰ ਵਿੱਚ ਆਉਂਦੀ ਹੈ ਮੈਂਡੀ ਤੱਖੜ ਦੀ ਅਪੀਅਰੈਂਸ, ਜਿਹੜਾ ਸੀਨ ਅਸੀਂ ਕਹਿ ਸਕਦੇ ਹਾਂ ਕਿ ਟ੍ਰੇਲਰ ਦੀ ਅਟਰੈਕਸ਼ਨ ਹੈ। ਨਾਲੇ ਉਸ ਸੀਨ ਤੋਂ ਬਾਅਦ ਇਹ ਸਮਝ ਆਉਂਦੀ ਹੈ ਕਿ ਉਹਨਾਂ ਦਾ ਖਿੱਦੋ ਖੁੰਡੀ ਨੂੰ ਲੈ ਕੇ ਪਿਛੋਕੜ ਵਿੱਚ ਕੋਈ ਜ਼ਖਮ ਹੈ, ਜਿਹਦੇ ਕਰਕੇ ਹੁਣ ਦੇ ਟਾਈਮ ਵਿੱਚ ਉਹ ਗੋਰਿਆਂ ਨੂੰ ਸਾਬਿਤ ਕਰਨਾ ਚਾਹੁੰਦੇ ਹੈ ਕਿ ਇੰਡੀਅਨਸ ਹਾਕੀ ਖੇਡ ਸਕਦੇ ਨੇ। ਖਿੱਦੋ ਖੁੰਡੀ ਸਾਡੀ ਜ਼ਿੰਦਗੀ ਲਈ ਮੌਤ ਸੀ ਕਿ ਮੌਤ ਭੁੱਲ ਗਿਆ। ਮਾਨਵ ਵਿਜ ਇੰਗਲੈਂਡ ਦੇ ਕੋਚ ਨੂੰ ਇਹ ਦਾਅਵਾ ਕਰਦੇ ਹੈ ਕਿ ਉਹਦੀ ਟੀਮ ਇੰਗਲੈਂਡ ਦੀ ਟੀਮ ਨਾਲ ਖੇਡੇਗੀ। ਫਿਰ ਉਹ ਰਣਜੀਤ ਬਾਵਾ ਦੇ ਨਾਲ ਸੰਸਾਰਪੁਰ ਆ ਕੇ ਟੀਮ ਨੂੰ ਤਿਆਰ ਕਰਨ ਵਿੱਚ ਜੁਟ ਜਾਂਦਾ ਹੈ ਤੇ ਫਿਰ ਉਹ ਕਿਵੇਂ ਇੰਡੀਆ ਦਾ ਨਾਮ ਰੱਖਦਾ ਹੈ, ਇਹੀ ਹੈ ਸਾਰੀ ਕਹਾਣੀ। ਟ੍ਰੇਲਰ ਦੇ ਵਿੱਚ ਇੱਕ ਹੋਰ ਕਮੀ ਲੱਗੀ ਕਿ ਪੂਰੇ ਟ੍ਰੇਲਰ ਵਿੱਚ ਗੁੱਗੂ ਗਿੱਲ ਦਿਖਾਈ ਨਹੀਂ ਦਿੱਤੇ। ਇਹਦੇ ਪਿੱਛੇ ਕੀ ਵਜ੍ਹਾ ਹੈ ਇਹ ਤਾਂ ਫਿਲਮ ਦੇ ਪ੍ਰੋਡਿਊਸਰ ਜਾਂ ਡਾਇਰੈਕਟਰ ਹੀ ਦੱਸ ਸਕਦੇ ਨੇ, ਪਰ ਅਸੀਂ ਗੁੱਗੂ ਗਿੱਲ ਨੂੰ ਟ੍ਰੇਲਰ ਵਿੱਚ ਮਿਸ ਕਰ ਰਹੇ ਹਾਂ। ਹੈ ਉਹ ਜਨੂਨ, ਹਾਂ ਹੈ, ਹੈ ਉਹ ਤੜਪ, ਹਾਂ ਹੈ, ਹੈ ਉਹ ਪਿਆਰ, ਹਾਂ ਹੈ, ਤੈਨੂੰ ਨਹੀਂ ਉਹ ਗੋਰੀਆਂ ਨੂੰ ਜਾ ਕੇ ਦੱਸੋ। ਜੇ ਗੱਲ ਕਰੀਏ ਇਸ ਟ੍ਰੇਲਰ ਦੀ ਮੇਨ ਹਾਈਲਾਈਟ ਦੀ ਤਾਂ ਜਜ਼ਬੇ ਨਾਲ ਭਰੇ ਕੁਝ ਸੀਨਸ ਤੇ ਸੁਖਵਿੰਦਰ ਸਿੰਘ ਦਾ ਗਾਇਆ ਗਾਣਾ ਇਸ ਫਿਲਮ ਨੂੰ ਦੇਖਣ ਤੇ ਮਜਬੂਰ ਕਰਦਾ ਹੈ। ਖਿੱਦੋ ਖੁੰਡੀ ਦੇ ਟ੍ਰੇਲਰ ਵਿੱਚ ਹਰ ਇੱਕ ਕੈਰੇਕਟਰ ਦੀ ਪਰਫਾਰਮੈਂਸ ਵਧੀਆ ਨਜ਼ਰ ਆ ਰਹੀ ਹੈ। ਬਾਕੀ ਫਿਲਮ ਦੇ ਰਿਲੀਜ਼ ਹੋਣ ਤੇ ਹੀ ਪਤਾ ਲੱਗੇਗਾ ਕਿ ਮਾਨਵ ਵਿੱਚ ਤੇ ਰਣਜੀਤ ਬਾਵਾ ਕਿਵੇਂ ਇੰਡੀਆ ਦੀ ਤੇ ਪੰਜਾਬ ਦੀ ਲਾਜ ਰੱਖਦੇ ਨੇ। ਸਾਡੀ ਹਰ ਲੇਟੈਸਟ ਵੀਡੀਓ ਬਾਰੇ ਨੋਟੀਫਿਕੇਸ਼ਨ ਲਈ ਪ੍ਰੈਸ ਕਰੋ ਬੈਲ ਆਈਕਨ ਅਤੇ ਸਬਸਕ੍ਰਾਈਬ ਕਰੋ ਦਾ ਫਿਲਮਸ ਨੂੰ।